जो लगे आई उदो पहला साढ़िया 200 गड्डी उत्थे चलती सी लोकलां दी गड्डी सी उहनां दा ड्राइवर सी उहनां दे परिवार सी ਹੋਰ ਕੋਈ ਗੱਡੀਆਂ ਵੀ ਬਹੁਤ ਚੱਲਦੀਆਂ ਸੀ ਅੰਬੂਜਾ ਵੱਲੋਂ ਵੀ ਪਰ ਮੈਂ ਆਪਣੀ ਲੋਕਲਾਂ ਦੀ ਗੱਲ ਕਰਦਾ ਤੇ ਸਾਡੇ 200 ਗੱਡੀ ਚੱਲਦੀ ਸੀ ਉਹਦੇ ਨਾਲ ਅਸੀਂ 2000 ਪਰਿਵਾਰ ਜੁੜਿਆ ਹੋਇਆ ਸੀ ਉੱਚੇ ਡਰਾਈਵਰ ਕਹਿ ਲਓ ਉੱਚੇ ਸਾਡੇ ਟੱਬਰ ਕਹਿ ਲਓ ਪਰ ਸਾਡਾ ਸਾਰਾ ਕੰਮ ਇਹਨਾਂ ਨੇ ਧਰਨੇ ਕਰਕੇ ਪ੍ਰਭਾਵਿਤ ਹੋਇਆ ਸਾਨੂੰ ਇਹਨਾਂ ਨੇ ਸੜਕ ਭੰਡਿਆ ਡਰਾਈਵਰਾਂ ਨਾਲ ਵੀ ਪਹਿਲਾਂ ਇਹਨਾਂ ਨੇ ਗੁੰਡਾਗਰਦੀ ਕਰੀ ਚਲੋ ਉਹ ਛੱਡੋ ਪਰ ਸਾਡਾ ਕੰਮ 10 ਮਹੀਨੇ ਹੋ ਗਏ ਅਪ੍ਰੈਲ 22 ਤੋਂ ਬੰਦ वसूली की जाती है कुटमार की जाती है धरने तार पीटो करने के लिए बहुत साजिशा रचिया जा रही सारे की साजिशा अंबुजा सीमेंट फैक्ट्री पॉलिटिशियन और सारे रल के एक साजिश के अधीन मैनू अंदर बंद करना चाहते क्योंकि अंदोलन का जो मुद्दा वो मेरे दौले घूम रहा लग्या जी धरने के करके की कुछ प्रभावित है धरने के विच जो लग्या जी उदो पहला साडिया 200 गड्डी उत्थे चलती सी लोकलां दी गड्डी सी उहनां नाल ड्राइवर सी उहनां दे परिवार सी ਹੋਰ ਕੋਈ ਗੱਡੀਆਂ ਵੀ ਬਹੁਤ ਚੱਲਦੀਆਂ ਸੀ ਅੰਬੂਜਾ ਵੱਲੋਂ ਵੀ ਪਰ ਮੈਂ ਆਪਣੀ ਲੋਕਲਾਂ ਦੀ ਗੱਲ ਕਰਦਾ ਵੀ ਸਾਡੇ 200 ਗੱਡੀ ਚੱਲਦੀ ਸੀ ਉਹਦੇ ਨਾਲ ਅਸੀਂ 2000 ਪਰਿਵਾਰ ਜੁੜਿਆ ਹੋਇਆ ਸੀ ਵਿੱਚੇ ਡਰਾਈਵਰ ਕਹਿ ਲਓ ਵਿੱਚੇ ਸਾਡੇ ਟੱਬਰ ਕਹਿ ਲਓ ਪਰ ਸਾਡਾ ਸਾਰਾ ਕੰਮ ਇਹਨਾਂ ਨੇ ਧਰਨੇ ਕਰਕੇ ਪ੍ਰਭਾਵਿਤ ਹੋਇਆ ਸਾਨੂੰ ਇਹਨਾਂ ਨੇ ਸੜਕ ਭੰਨਿਆ 10 ਮਹੀਨੇ ਹੋ ਗਏ ਅਸੀਂ ਇੱਕ ਦੋ ਵਾਰੀ ਟਰਾਈ ਕਰੀ ਗੱਡੀ ਭਰਨੇ ਦੀ ਇਹਨਾਂ ਨੇ ਸਾਨੂੰ ਧਮਕੀਆਂ ਦੇ ਕੇ 50 ਜਣਿਆਂ ਨੇ ਸਾਨੂੰ ਉੱਥੋਂ ਨਠਾ ਦਿੱਤਾ ਇਹ ਸਾਡੇ ਡਰਾਈਵਰਾਂ ਨਾਲ ਵੀ ਪਹਿਲਾਂ ਇਹਨਾਂ ਨੇ ਗੁੰਡਾਗਰਦੀ ਕਰੀ ਚਲੋ ਉਹ ਛੱਡੋ ਪਰ ਸਾਡਾ ਕੰਮ 10 ਮਹੀਨੇ ਹੋ ਗਏ ਅਪ੍ਰੈਲ 22 ਤੋਂ ਬੰਦ 2022 ਤੋਂ ਇਹ ਧਰਨਾ ਲਗਾਉਣ ਵਾਲੇ ਕਿਸ ਕਰਕੇ ਧਰਨਾ ਲਗਾ ਕੇ ਬੈਠੇ ਇਹ ਪਹਿਲਾਂ ਜੀ ਦੇਖੋ ਇਹਨਾਂ ਦਾ ਧਰਨਾ ਸੀ ਪਹਿਲਾਂ ਇਹ ਪੋਲਿਊਸ਼ਨ ਕਰਕੇ ਕਹਿੰਦੇ ਸੀ ਦੂਜੇ ਪਾਸੇ ਅੰਬੂਜਾ ਨੂੰ ਬਲੈਕਮੇਲ ਕਰਦੇ ਸੀ ਸਾਨੂੰ ਕੰਮ ਦਿਓ ਅੰਬੂਜਾ ਨੇ ਵੀ ਇਹਨਾਂ ਨੂੰ ਕੰਮ ਦੇ ਦਿੱਤਾ ਜਦੋਂ ਇਹ ਪੋਲਿਊਸ਼ਨ ਦਾ ਰੋਲਾ ਪਾਉਂਦੇ ਫਿਰ ਕੰਮ ਕਿਉਂ ਮੰਗਦੇ ਆ ਇੱਕ ਪਾਸੇ ਦਾ ਇਹ ਕੰਮ ਮੰਗਦੇ ਆ ਦੂਜੇ ਪਾਸੇ ਜਬਰੀ ਵਸੂਲੀ ਕਰਦੇ ਜੇ ਪੋਲਿਊਸ਼ਨ ਫਿਰ ਤਾਂ ਕੰਮ ਹੀ ਨਾ ਮੰਗੇ ਪੈਸੇ ਵੀ ਨਾ ਲਵੇ ਪੈਸੇ ਲੈ ਕੇ ਗੱਡੀ ਕਿਉਂ ਚਲਾਉਂਦੇ ਆ ਜੀ ਇਹਨਾਂ ਦਾ ਪੋਲਿਊਸ਼ਨ ਆ ਜਬਰੀ ਵਸੂਲੀ ਕੌਣ ਕਰਦਾ ਜਬਰੀ ਵਸੂਲੀ ਆ ਸਾਰੇ ਆ ਧਰਨੇਕਾਰੀ ਮੈਂ ਜਬਰੀ ਪੋਲਿਊਸ਼ਨ ਤਾਂ ਹੁੰਦਾ ਜੇ ਇਹ ਪੈਸੇ ਲੈ ਕੇ ਹੋਰ ਗੱਡੀਆਂ ਨਾ ਚਲਾਉਂਦੇ ਆਪਣੇ ਲਈ ਤਾਂ ਇਹ ਗੱਡੀਆਂ ਪਾਣੇ ਨੂੰ ਫਿਰਦੇ ਆ ਅੰਬੂਜਾ ਨੇ ਇਹਨਾਂ ਦੀ 150 ਗੱਡੀ ਪਵਾ ਵੀ ਲਈ ਜਦ ਪੋਲਿਊਸ਼ਨ ਨਹੀਂ ਹੋਊਗਾ ਸਾਡੀਆਂ ਗੱਡੀਆਂ ਦਾ ਪੋਲਿਊਸ਼ਨ ਹੁੰਦਾ ਹੈ ਇਸ ਦਾ ਮਤਲਬ ਤਾਂ ਇਹੀ ਸਿੱਧ ਹੁੰਦਾ ਹੈ ਵੀ ਇਹਨਾਂ ਨੇ ਪੈਸੇ ਬਣਾਉਣੇ ਦੀ ਸਾਰੀ ਗੇਮ ਚੱਲਦੀ ਹੈ ਇਹਨਾਂ ਦੀ ਜਬਰੀ ਵੀ ਜੀ ਫੈਕਟਰੀ ਚੱਲਣੀ ਚਾਹੀਦੀ ਕੀ ਮੰਗ ਕਰਦੇ ਹੋ ਦੇਖੋ ਜੇ ਫੈਕਟਰੀ ਬੰਦ ਹੋਈ ਹਜ਼ਾਰਾਂ ਲੋਕ ਬੇਰੁਜ਼ਗਾਰ ਹੋਣਗੇ ਜਿਹਦੇ ਚ ਚਲੋ ਤੁਸੀਂ 50% ਲਾ ਲਓ ਆਪੇ ਆਪਣੇ ਲੋਕਲ ਕੰਮ ਕਰਦੇ ਆ ਅਸੀਂ ਤਾਂ ਬੇਰੁਜ਼ਗਾਰ ਹੋਏ ਪਏ ਜਿਹਨਾਂ ਦੇ ਪੀਪਰ ਚੱਲਦੇ ਆ ਹਜ਼ਾਰਾਂ ਹੋਰ ਬੇਰੁਜ਼ਗਾਰ ਹੋਣਗੇ ਅਰ ਅਰਬਾਂ ਰੁਪਏ ਦਾ ਸਰਕਾਰ ਨੂੰ ਨੁਕਸਾਨ ਹੋਣਾ ਜਿਹੜਾ ਸਾਡੀ ਮਾਲੀਆ ਜਾਂਦਾ ਇਹਨਾਂ ਅਸੀਂ ਤਾਂ ਕਹਿੰਦੇ ਫੈਕਟਰੀ ਵੀ ਚੱਲੇ ਸਾਡਾ ਕੰਮ ਵੀ ਚੱਲੇ ਅਰ ਇਹ ਵੀ ਆਪਣਾ ਠੀਕ ਰਹੇ ਜੋ ਇਹਨਾਂ ਦੇ ਲਾ ਐਂਡ ਆਰਡਰ ਅਸੀਂ ਫੋਲੋ ਕਰਾਂਗੇ ਅਸੀਂ ਤਾਂ ਮੰਨਦੇ ਆ ਜੋ ਕਾਨੂੰਨ ਆ ਉਸ ਅਨੁਸਾਰ ਅਸੀਂ ਚੱਲਦੇ ਹਾਂ ਅਸੀਂ ਕਾਨੂੰਨ ਨਹੀਂ ਤੋੜਦੇ ਪਰ ਫੇਰ ਵੀ ਜੇ ਜ਼ਬਰਦਸਤੀ ਨਾ ਕਰਨ ਸਾਡੇ ਨਾਲ ਸਿਰਫ ਪਰਚੇ ਦੇ ਮਾਮਲੇ 'ਚ ਕੀ ਸਟੇਟਸ ਹੈ ਦੋ ਬੰਦਿਆਂ ਜਿਵੇਂ ਸਿਰਫ ਦੋ ਬੰਦੇ ਗ੍ਰਿਫਤਾਰ ਹੋਏ ਆ ਜੀ ਕੀ ਮੰਗ ਕੀਤੀ ਆ ਜੀ ਸਾਰੇ ਬੰਦੇ ਬਾਹਰ ਆ ਉਹ ਸ਼ਰਿਆਮ ਘੁੰਮਦੇ ਹਲੇ ਵੀ ਉਹ ਗੱਡੀ ਕੋਈ ਵੀ ਜਾਂਦੀ ਆ ਬੜਨੇ ਨਹੀਂ ਦਿੰਦੇ ਉਹ ਜੇ ਉਹਨਾਂ ਦੀ ਗੁੰਡਾਗਰਦੀ ਚੱਲਦੀ ਤਾਂ ਹੀ ਆ ਜੀ ਜਿਹੜੇ ਪਰਚੇ 'ਚ ਨੋ ਆ ਅਸੀਂ ਕਹਿੰਦੇ ਸਾਰੇ ਗ੍ਰਿਫਤਾਰ ਕੀਤੇ ਜਾਵੇ ਜਲਦ ਤੋਂ ਜਲਦ ਔਰ ਉਹਨਾਂ ਦੀ ਗੁੰਡਾਗਰਦੀ ਬੰਦ ਕੀਤੀ ਜਾਵੇ ਔਰ ਸਾਡਾ ਕੰਮ ਚਲਾਇਆ ਜਾਵੇ ਅਸੀਂ ਐਨ ਲਾ ਐਂਡ ਆਰਡਰ ਨਾਲ ਚੱਲਾਂਗੇ ਪੂਰਾ ਪੂਰੇ ਕਾਨੂੰਨ ਨੂੰ ਫੋਲੋ ਕਰਦੇ ਹੋਏ ਅਸੀਂ ਆਪਣਾ ਕੰਮ ਕਰਦੇ ਹਾਂ ਜੇ ਤੁਹਾਨੂੰ ਕੁਝ ਲੱਗਦਾ ਤਾਂ ਸਰਕਾਰ ਬੈਠੀ ਆ ਆਫੀਸਰ ਬੈਠੇ ਆ ਸਾਨੂੰ ਤੁਸੀਂ ਫੜ ਸਕਦੇ ਇਹਨਾਂ ਦਾ ਕੋਈ ਹੱਕ ਨਹੀਂ ਬਣਦਾ ਵੀ ਸਾਨੂੰ ਇਹ ਸੜਕ ਪਰ ਜਾਂਦਿਆਂ ਨੂੰ ਫੜੇ ਸਰਕਾਰ ਫੜੇ ਠੀਕ ਹੈ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਰਕਾਰ ਹਾਂਜੀ ਏਜੰਸੀ ਸਿੰਘ ਕਲੋਨਾ ਜੀ ਸਰ ਮੈਂ ਗੱਡੀ ਚਲਾ ਰਿਹਾ ਹਾਂ ਦੱਸੋ ਕੀ ਗੱਲ ਸਰ ਮੇਰਾ ਪੰਜਾਬ ਨਿਊਜ਼ ਤੋਂ ਗੱਲ ਕਰ ਰਿਹਾ ਦਿਨੇਸ਼ ਜੀ ਮੈਂ ਜੀ ਸਰ ਇੱਕ ਨਾ ਰੋਪੜ ਵਿਖੇ ਅੱਜ ਪ੍ਰੈਸ ਕਾਨਫਰੰਸ ਕੀਤੀ ਟਰਾਂਸਪੋਰਟਰਾਂ ਨੇ ਤੁਹਾਡੇ ਗਏ ਸੀ ਜੀ ਤੇ ਤੁਹਾਡੇ ਵੱਲੋਂ ਮਤਲਬ ਵੱਖ ਵੱਖ ਟਰੱਕ ਡਰਾਈਵਰ ਨੂੰ ਘਿਰ ਕੇ ਉਹਨਾਂ ਤੇ ਵਸੂਲੀ ਕੀਤੀ ਜਾਂਦੀ ਹੈ ਉਹਨੂੰ ਕੁੱਟਮਾਰ ਕੀਤੀ ਜਾਂਦੀ ਹੈ ਸਰ ਤੁਹਾਡਾ ਇਸ ਬਾਰੇ ਕੀ ਕਹਿਣਾ ਜੀ ਸਰ ਗੱਲ ਇਸ ਤਰ੍ਹਾਂ ਹੈ ਨਾ ਹਾਂਜੀ ਜਿਹੜੇ ਬੰਦੇ ਨਾਲ ਛਿੰਦਾ ਐਨਜੀਆਰ ਵਾਲਾ ਜੀ ਸਾਡਾ ਜਿਹੜਾ ਇਸ਼ੂ ਆ ਓਵਰਲੋਡ ਦਾ ਜੀ ਇਹਦਾ ਬਲਕਰ ਦਾ ਡਰਾਈਵਰ ਮਰਿਆ ਪਿੱਛੇ ਜੀ
ਉਹਦੇ ਵਿੱਚ ਖੁਦ ਕਹਿ ਰਿਹਾ ਵੀ ਅਸੀਂ ਓਵਰਲੋਡ ਗੱਡੀਆਂ ਲੈ ਕੇ ਆਉਂਦੇ ਆ 1500 ਰੁਪਏ ਅਸੀਂ ਟੋਲ ਦਿੰਦੇ ਆ ਜੀ, ਇਹਨਾਂ ਨਾਲ ਰਿਫਲੈਕਟਰ ਨਹੀਂ ਲਾਇਓ ਰੋਡ ਤੇ ਜੀ, ਤੇ ਸਾਡਾ ਵੀ ਇਸ਼ੂ ਇਹੀ ਆ। ਠੀਕ ਹੈ ਜੀ। ਵੀ ਡਰਾਈਵਰਾਂ ਦੀ ਮੌਤ ਹੁੰਦੀ ਆ, ਹੋਰ ਬੰਦਿਆਂ ਦੀ ਮੌਤ ਹੁੰਦੀ ਓਵਰਲੋਡ ਗੱਡੀਆਂ ਨਾਲ ਜੀ, ਤੇ ਥਰਮਲ ਪਲਾਂਟ ਇਹਦਾ ਅੰਬੂਜਾ ਸੀਮੈਂਟ ਫੈਕਟਰੀ ਦਾ ਪ੍ਰਦੂਸ਼ਣ ਨਾਲੇ ਜੀ, ਐਸ ਡਰਾਈਵ ਪਲਾਂਟ ਇਲੀਗਲ ਆਇਆ ਵਾ ਜੀ, ਤੇ 9-10 ਮਹੀਨੇ ਸਾਡਾ ਉੱਥੇ ਧਰਨਾ ਚੱਲ ਰਿਹਾ। ਠੀਕ ਹੈ ਜੀ। ਇਹ ਧਰਨੇ ਨੂੰ ਤਾਰ ਪੀਟੋ ਕਰਨ ਦੇ ਲਈ ਬਹੁਤ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਜੀ, ਤੇ ਹਾਈ ਕੋਰਟ ਦੇ ਵਿੱਚ ਇਹਨੇ ਇੱਕ ਕੇਸ ਲਗਾਇਆ ਸੀ ਸ਼ਿੰਦੇ ਨਾ ਜੀ, ਜਿਹਦੇ ਵਿੱਚ ਇਹਨਾਂ ਨੇ ਇਹ ਵੀ ਲਿਖਿਆ ਹੋਇਆ ਸੀ ਵੀ 42,500 ਪਤਾ ਨਹੀਂ ਕਿੰਨਾ 42,500 ਹੀ ਮੇਰੇ ਖਿਆਲ ਨਾਲ ਜੀ, ਵੀ ਰਜਿੰਦਰ ਸਿੰਘ ਨਾ ਮੇਰੇ ਡਰਾਈਵਰ ਤੇ ਇੱਥੇ ਲੁੱਟ ਲਿਆ ਜੀ, ਗੱਲ ਇਸ ਤਰ੍ਹਾਂ ਇਹਦੇ ਡਰਾਈਵਰ ਨੂੰ ਵੀ ਬੁਲਾਇਆ ਜਾਵੇ ਜੀ, ਮੈਂ ਵੀ ਹਾਜ਼ਰ ਹੋਵਾਂਗਾ, ਅਤੁਲ ਬੋਰਾ ਨੂੰ ਵੀ ਲਿਆ ਵਾ। ਅਤੁਲ ਬੋਰਾ ਜਿਹੜਾ ਉਹ ਇਹ ਕਹਿ ਰਿਹਾ ਵੀ ਮੇਰੇ ਕੋਲ ਤੇ ਐਪਲ ਵਾਚ ਲੁੱਟੀ ਜੀ, ਇਹ ਆਪਣੇ ਇੱਕ ਇੱਕੋ ਇੱਕ ਲੜਕਾ ਇਹਦਾ ਛਿੰਦੇ ਕੋਲ ਹੈ, ਅਤੁਲ ਬੋਰੇ ਦਾ ਮੈਨੂੰ ਪਤਾ ਨਹੀਂ ਹੈ, ਮੈਂ ਵੀ ਆਪਣਾ ਲੜਕਾ ਲੈ ਜਾਵਾਂਗਾ, ਨੂਰਪੁਰ ਵੇਦੀ ਚੜਾ ਦੇਣਾ, ਕੋਈ ਕਿਸੇ ਵੀ ਕਿਸਮ ਦੀ ਕੋਰਟ ਦੀ ਜਿਹੜੀ ਹੈਗੀ ਉਹ ਪ੍ਰੋਸੀਡਿੰਗ ਕਰਨ ਦੀ ਲੋੜ ਨਹੀਂ, ਉਹਨੂੰ ਸਿੱਧੀ ਸਜ਼ਾ ਦੇ ਦਿਓ, ਮੈਂ ਕਹਿ ਦੂੰਗਾ ਸਜ਼ਾ ਦੇ ਦੇਈ ਹੁਣ। ਅੱਛਾ ਜੀ। ਇਹਨਾਂ ਨੂੰ ਨੂਰਪੁਰ ਵੇਦੀ ਚੜਾਉਣਾ, ਇਹ ਗੱਲ ਪੁੱਛੋ ਵੀ ਤੁਸੀਂ ਨੂਰਪੁਰ ਵੇਦੀ ਆਪਣਾ ਮੁੰਡਾ ਲੈ ਕੇ ਚੜੂੰਗਾ। ਓਕੇ ਜੀ। ਬਸ ਫਿਰ ਇੰਨਾ ਹੀ, ਇੱਥੇ ਦੀ ਨਿਤਾਰਾ ਹੋਣਾ ਵੀ ਮੈਂ ਲੁੱਟ ਖੋਹ ਕਰੀ ਹੈ ਨਹੀਂ ਕਰੀ। ਮਤਲਬ ਤੁਹਾਡੇ ਮੁਤਾਬਕ ਜਿਹੜੇ ਦੋਸ਼ ਲਾਏ ਬਿਲਕੁਲ ਨਜ਼ਰ ਦਈਏ। ਹਾਂਜੀ, ਨਾ ਸਿੱਧੀ ਗੱਲ ਆ, ਇਹਨਾਂ ਕਿਉਂ ਕਹਿੰਦਾ ਮੈਂ ਵੀ ਮੇਰੇ ਨਾਲ ਹੈਗੀਆਂ ਨਾ, ਪਹਿਲਾਂ ਵੀ ਅਤੁਲ ਬੋਰਾ ਨਾਲ ਵੀ ਮੇਰੇ ਤੇ ਦੋਸ਼ ਲਾਇਆ ਵੀ ਇੰਨੀ 17-5-22 ਨੂੰ ਰਜਿੰਦਰ ਸਿੰਘ ਨਾ ਪੰਪ ਤੇ ਆ ਕੇ ਆਪਣੇ ਸਾਥੀ ਨਾਲ ਡਾਕਾ ਮਾਰੇ, ਨਾਲੇ ਸਿਰਫ ਮੇਰਾ ਥੋੜੀ ਮਾਰੀ, ਮੇਰੇ ਕੋਲ ਤੇ ਪੈਸੇ ਖੋਏ ਔਰ ਨਾਲ ਦੀ ਨਾਲ ਬ੍ਰੈਸਲੈਟ ਖੋਇਆ ਔਰ ਐਪਲ ਵਾਚ। ਪਰ 17-5-22 ਨੂੰ ਮੈਂ 4 ਵਜੇ ਤੋਂ ਲੈ ਕੇ 7 ਵਜੇ ਤੱਕ ਜਿਹੜੇ ਕਹਿਣਾ ਮੈਂ ਵੀਜ਼ਾ ਕੰਸਲਟੈਂਟ ਆ ਚੰਡੀਗੜ੍ਹ 17 ਸੈਕਟਰ ਉੱਥੇ ਬੈਠਾ ਸੀ। ਓਕੇ। ਤੇ ਉਹਨਾਂ ਨੇ ਪਹਿਲਾਂ ਗ੍ਰਿਫਤਾਰ ਕੀਤਾ। ਠੀਕ ਹੈ ਜੀ। ਗ੍ਰਿਫਤਾਰ ਕਰਨ ਤੇ ਬਾਅਦ ਵਿੱਚ ਫਿਰ ਮੈਂ ਇਹਨਾਂ ਨੂੰ ਜਦੋਂ ਵੀਡੀਓ ਦਿਖਾਈ ਕੋਰਟ ਦੇ ਵਿੱਚ, ਮੈਨੂੰ ਤਾਂ ਅਰੈਸਟ ਕਰ ਲਿਆ ਸੀ। ਓਕੇ ਜੀ। ਇਹ ਸਾਰਿਆਂ ਦੀ ਸਾਜ਼ਿਸ਼ ਆ, ਅੰਬੂਜਾ ਸੀਮਿੰਟ ਫੈਕਟਰੀ, ਪੋਲੀਟੀਸ਼ੀਅਨ ਔਰ ਜੁਰੇ ਸਾਰੇ ਰਲ ਕੇ ਇਹ ਇੱਕ ਸਾਜ਼ਿਸ਼ ਦੇ ਅਧੀਨ ਮੈਨੂੰ ਅੰਦਰ ਬੰਦ ਕਰਨਾ ਚਾਹੁੰਦੇ, ਕਿਉਂਕਿ ਅੰਦੋਲਨ ਦਾ ਜਿਹੜਾ ਮੁੱਦਾ ਉਹ ਮੇਰੇ ਦੁਆਲੇ ਘੁੰਮ ਰਿਹਾ, ਤਾਂ ਜੋ ਅਸੀਂ ਤਾਰ ਪੀਟੋ ਕਰ ਸਕੀਏ ਅੰਦੋਲਨ ਨੂੰ। ਠੀਕ ਹੈ। ਜਿਹੜੇ 25 ਪਿੰਡਾਂ ਦੇ ਲੋਕ ਆ ਕੇ ਮੁਜ਼ਾਹਰੇ ਦੇ ਵਿੱਚ ਕੱਲ੍ਹ ਇਕੱਠੇ ਹੋਏ, ਅਗਰ ਮੈਂ ਚੋਰ ਲੁਟੇਰਾ ਆਉਂਦਾ ਤਾਂ ਮੇਰੇ ਨਾਲ ਕਿਵੇਂ ਆਉਂਦੇ ਹੋ? ਠੀਕ ਹੈ ਜੀ। ਠੀਕ ਹੈ ਜੀ। ਔਰ ਨੰਬਰ 2, ਇਹਨਾਂ ਦੀ ਜਿਹੜੀ ਇਹ ਹੁਣ ਇਹਨਾਂ ਨੂੰ ਖਤਰਾ ਇਸ ਗੱਲ ਦਾ, ਕਿਉਂਕਿ ਮੈਂ SSP ਸਾਹਿਬ ਦੇ ਕੋਲ ਕੰਪਲੇਂਟ ਆਤੀਆਂ ਹੋਈਆਂ ਵੀ ਅਤੁਲ ਬੋਰਾ ਜਿਹੜਾ 17-5-22 ਨੂੰ ਮੇਰੇ ਤੇ ਐਲੀਗੇਸ਼ਨ ਲਾ ਰਿਹਾ ਵੀ ਨਾ ਐਪਲ ਵਾਚ ਲੁੱਟੀ, ਐਪਲ ਵਾਚ GPS ਹੁੰਦਾ, ਮੈਂ ਪੁਲਿਸ ਨੂੰ ਕਹਿ ਰਿਹਾ ਵੀ ਲੋਕੇਸ਼ਨ ਦੇਖੋ ਕਿੱਥਾ। ਸ਼ਾਮ ਨੂੰ ਮੇਰੇ ਖਿਆਲ ਨਾਲ 4-4:30 ਜਾਂ 5 ਵਜੇ ਦਾ ਟਾਈਮ ਦੱਸਿਆ, ਮੈਨੂੰ ਤਾਂ ਪਤਾ ਨਹੀਂ ਨਾ ਵੀ ਜਿਸ ਟਾਈਮ ਲੁੱਟਪਾਟ ਹੋਈ, ਉਹਦੀ 5 ਵਜੇ ਲੋਕੇਸ਼ਨ ਕਿੱਥਾ ਸੀ, 6 ਵਜੇ ਕਿੱਥਾ ਸੀ, 7 ਵਜੇ ਕਿੱਥਾ ਸੀ, 8 ਵਜੇ ਕਿੱਥਾ ਸੀ। ਜੇ ਲੁੱਟੀ ਹੈ ਤਾਂ ਮੈਂ ਤਾਂ ਉਹਨੂੰ ਬੰਦ ਨਹੀਂ ਕਰ ਸਕਦਾ, ਉਹਦੇ ਪਾਸਵਰਡ ਹੁੰਦੇ ਆ, ਬਿਲਕੁਲ ਮੈਂ ਉਹਨੂੰ ਬੰਦ ਨਹੀਂ ਕਰ ਸਕਦਾ ਜੀ ਜੀ। ਉਹਦੀ ਲੋਕੇਸ਼ਨ ਦੇਖੀ ਜਾਵੇ ਉਹ ਕਿੱਥੇ ਸੀ, ਮੈਂ ਚੰਡੀਗੜ੍ਹ ਸੀ, ਇਹ ਐਪਲ ਵਾਚ ਇਹਨਾਂ ਕੋਲੇ ਹੋਏਗੀ, ਮੇਰੇ ਕੋਲ ਨਹੀਂ ਹੋਏਗੀ। ਓਕੇ। ਤੇ ਮਾਨਯੋਗ ਜੱਜ ਸਾਹਿਬ ਨੇ ਵੀ ਇਹਨਾਂ ਕੋਲ ਤੇ ਚੀਜ਼ਾਂ ਮੰਗੀਆਂ ਜਿਹੜੀਆਂ ਹੁਣ ਇਹਨਾਂ ਨੇ ਸਾਡੇ 2 ਬੰਦੇ ਚੱਕੇ ਆ ਵੀ ਇਹ ਚੀਜ਼ਾਂ ਪੇਸ਼ ਕੀਤੀਆਂ ਜਾਣ। ਤੇ ਰਹੀ ਗੱਲ ਇਹ ਹੈ ਹੁਣ ਮੈਂ ਇਹਨਾਂ ਦੇ ਖਿਲਾਫ਼ ਜਦੋਂ ਮੇਰਾ ਸਬੂਤ ਆ, ਮੈਨੂੰ ਕੋਰਟ ਨਾਲ ਮੈਨੂੰ ਡਿਸਚਾਰਜ ਕੀਤਾ ਗ੍ਰਿਫਤਾਰੀ ਦੀ ਕਰਕੇ ਪੁਲਿਸ ਯੂਥ ਕਸਟਡੀ ਚੋਂ, ਵੀ ਇਹ ਤਾਂ ਰਜਿੰਦਰ ਸਿੰਘ ਦੀ ਵੀਡੀਓ ਤਾਂ ਚੰਡੀਗੜ੍ਹ ਦੀ ਆ, ਤੇ ਫਿਰ ਮੇਰੀ ਹੁਣ ਐਪਲੀਕੇਸ਼ਨ ਇਹ ਆ ਵੀ ਇਹਨਾਂ ਦੇ ਖਿਲਾਫ਼ ਜਿਹੜੀ ਬਣਦੀ ਕਾਰਵਾਈ ਆ, ਝੂਠੀ FIR ਦਰਜ ਕਰਨ ਤੇ ਇਹਦੇ ਖਿਲਾਫ ਬਣਦੀ ਕਾਰਵਾਈ 182 ਚ ਆਉਂਦੀ ਮੇਰੇ ਖਿਆਲ ਨਾਲ, ਉਹ ਕਾਰਵਾਈ ਕੀਤੀ ਜਾਵੇ, ਜਿਹੜਾ ਮੇਰੇ ਤੇ ਦੋਸ਼ ਲੱਗਿਆ ਉਸ ਕਿਸਮ ਦੀ ਸਜ਼ਾ ਇਹਨਾਂ ਨੂੰ ਵੀ ਹੋਣੀ ਆ। ਹੁਣ ਇਹ ਆਪਣੇ ਬਚਾਅ ਲਈ ਇਹ ਸਾਰੇ ਸ਼ੜਯੰਤਰ ਰਚ ਰਹੇ ਆ, ਤੇ ਦੂਜੇ ਪਾਸੇ ਜਿਹੜੇ ਹੈਗੇ ਆ ਆਪਣਾ ਅੰਦੋਲਨ ਨੂੰ ਦਬਾਉਣ ਲਈ, ਵੀ ਲੋਕਾਂ ਦੀ ਆਵਾਜ਼ ਆ ਪ੍ਰਦੂਸ਼ਣ ਨੂੰ ਦਬਾਉਣ ਲਈ ਸਾਡੇ ਉੱਤੇ ਸ਼ੜਯੰਤਰ ਰਚਿਆ ਜਾ ਰਿਹਾ, ਕਿਉਂਕਿ ਜਿਹੜਾ ਗਲਤ ਕੰਮ ਹੋ ਰਿਹਾ ਸਟੇਟ ਦੇ ਅੰਦਰ, ਓਵਰਲੋਡਿੰਗ ਗੱਡੀਆਂ ਹੋ ਰਹੀਆਂ, ਉਹਦੇ ਬਾਰੇ ਕੋਈ ਐਕਸ਼ਨ ਨਹੀਂ, ਨਾ ਪੁਲਿਸ ਪ੍ਰਸ਼ਾਸਨ, ਸਭ ਉਹਦੇ ਬਾਰੇ ਗੁੰਮ ਆ। ਉਸ ਤੋਂ ਬਾਅਦ ਵੀ ਜਿਹੜਾ ਐਸ ਡਰਾਇਰ ਪਲਾਂਟ ਲਗਾਇਆ ਦਬੁਰਜੀ ਪਿੰਡ ਦੇ ਨਜ਼ਦੀਕ, ਉਹਦੇ ਬਾਰੇ ਵਿੱਚ ਪੋਲੂਸ਼ਨ ਕੰਟਰੋਲ ਬੋਰਡ ਦੀ ਇੱਕ ਰਿਪੋਰਟ ਆਈ ਆ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਐਸ ਡਰਾਇਰ ਪਲਾਂਟ ਜਿਹੜਾ ਲਗਾਇਆ ਗਿਆ ਇਹਦੇ ਨਾਲ ਪੋਲੂਸ਼ਨ ਇਨਕਰੀਜ਼ ਨਹੀਂ ਹੁੰਦਾ। ਆਹ ਪਿਛਲੇ ਮਹੀਨੇ ਦੀ 16 ਤਰੀਕ ਨੂੰ ਯੂਨਿਟ ਹੈੱਡ ਦੀ ਤਰੀਕ ਸੀ ਕੋਰਟ ਵਿੱਚ, ਰੋਪੜ ਕੋਰਟ ਵਿੱਚ, ਤੇ ਉੱਥੇ ਕੋਰਟ ਵਿੱਚ ਉਸਨੇ ਬਿਆਨ ਦਿੱਤਾ ਵੀ 50 ਟਨ ਕੋਲਾ ਇੱਕ ਦਿਨ ਦਾ ਸਾਡਾ ਐਸ ਡਰਾਇਰ ਪਲਾਂਟ ਖਾਂਦਾ ਹੈ। ਇਹੋ ਚਿਮਨੀ ਵੀ ਲੱਗੀ ਹੋਈ ਆ। ਹੁਣ ਤੁਸੀਂ ਦੱਸੋ 1 ਲੀਟਰ ਤੇਲ ਖਾਣੇ ਵਾਲਾ ਜਿਹੜਾ ਮੋਟਰਸਾਈਕਲ ਆ, ਉਹ ਤੇਲ ਨੂੰ ਯੂਰੋ 6 ਜਾਂ ਭਾਰਤ 6 ਦੇ ਸਟੈਂਡਰਡ ਪਾਸ ਕਰਨੇ ਪੈਂਦੇ ਆ, ਔਰ ਨੰਬਰ 2 ਦੇ ਉੱਤੇ ਉਹਨੂੰ ਹਰ ਕਿਸਮ ਦੇ ਸਰਟੀਫਿਕੇਟ ਲੈਣੇ ਪੈਂਦੇ ਆ। ਤੇ ਜਿਹੜਾ 50 ਟਨ ਕੋਲਾ ਖਾਣੇ ਵਾਲਾ, ਔਰ ਇੱਕ ਭੱਠਾ ਜਿਹੜਾ 4 ਕੁਇੰਟਲ ਕੋਲਾ ਖਾਂਦਾ ਇੱਕ ਦਿਨ ਦਾ, ਇੱਕ 50 ਟਨ ਕੋਲਾ ਖਾ ਰਿਹਾ ਐਸ ਡਰਾਇਰ ਪਲਾਂਟ, ਉਹਦੇ ਲਈ ਕੋਈ NOC ਨਹੀਂ, ਉਹਦੇ ਲਈ ਕਿ ਬਿਲਕੁਲ ਨਹੀਂ। ਇੱਥੇ ਤੇ ਸਾਫ਼ ਜ਼ਾਹਰ ਹੁੰਦਾ ਵੀ ਸਰਕਾਰਾਂ ਕਾਰਪੋਰੇਟ ਅਦਾਰਿਆਂ ਦੀ ਮਦਦ ਕਰ ਰਹੀਆਂ, ਔਰ ਇੱਕ ਆਮ ਇਨਸਾਨ ਦੀ ਜਿਹੜੀ ਗੱਡੀ ਆ ਜਿਹੜੀ ਬਿਲਕੁਲ ਵੀ ਧੂੰਆਂ ਨਾ ਮਾਰਦੀ ਹੋਵਾ, ਬਿਲਕੁਲ ਓਕੇ ਹੋਵਾ, ਉਹਨੂੰ 10 ਸਾਲ ਦੀ ਕਹਿ ਕੇ ਕੰਡਮ ਕਰ ਦਿੱਤਾ ਜਾਂਦਾ, ਹੋਰ ਤਰੀਕੇ ਨਾਲ ਕੰਡਮ ਕਰ ਦਿੱਤਾ ਜਾਂਦਾ ਹੈ, ਤੇ ਆਮ ਇਨਸਾਨ ਦੇ ਨਾਲ ਧੱਕਾ ਹੋ ਰਿਹਾ ਕਾਰਪੋਰੇਟ ਜਗ ਦੇ ਇਸ਼ਾਰਿਆਂ ਦੇ ਉੱਤੇ।